ਪੰਜਾਬ ਸਰਕਾਰ ਵੱਲੋਂ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸਮਾਰਟ ਕਾਰਡ ਤਕਸੀਮ ਕੀਤੇ ਜਾ ਰਹੇ ਹਨ। ਅੱਜ ਹਲਕਾ ਫਲੋਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਵਿਧਾਨ ਸਭਾ ਹਲਕਾ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਸਮਾਰਟ ਕਾਰਡ ਵੰਡੇ ਗਏ। ਹਲਕਾ ਫਲੋਰ ਦੇ ਪਿੰਡ ਲੇਹਲ ਕਲਾਂ ਵਿਖੇ 152 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਾਰਡ ਵੰਡਣ ਵੇਲੇ ਵਿਕਰਮ ਚੌਧਰੀ ਨੇ ਕਿਹਾ ਕਿ ਪਿਛਲੇ 10 ਸਾਲ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਲੋਕਾਂ ਨਾਲ ਵਿਤਕਰਾ ਕੀਤਾ ਗਿਆ ਹੈ, ਪਰ ਹੁਣ ਕਾਂਗਰਸ ਦੀ ਸਰਕਾਰ ਵੱਲੋਂ ਮਹਿਕਮੇ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਲੋੜਵੰਦ ਵਿਅਕਤੀ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤਾਂ ਕਿ ਕੋਈ ਵੀ ਗਰੀਬ ਭੁੱਖਾ ਨਾ ਰਹੇ। ਇਸ ਮੌਕੇ ਪਿੰਡ ਦੇ ਮੋਹਤਵਾਰ ਸ਼ਖਸੀਅਤਾਂ ਵੱਲੋਂ ਵਿਕਰਮ ਚੌਧਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਰਾਮ ਲਵਾਇਆ, ਸਰਪੰਚ ਸਰਬਜੀਤ ਕੌਰ, ਗੁਰਦਾਵਰ ਸਿੰਘ, ਸਮਾਜ ਸੇਵਕ ਪਰਮਜੀਤ ਸਿੰਘ, ਸਾਬਕਾ ਸਰਪੰਚ ਵਿੰਦਰ ਵਿਰਦੀ, ਬਲਵਿੰਦਰ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਮਹਿੰਦਰਪਾਲ ਪੰਚ ਅਤੇ ਲਾਭਪਾਤਰੀ ਮੌਜੂਦ ਸਨ। ਅੱਜ ਵਿਧਾਨ ਸਭਾ ਹਲਕਾ ਫਲੋਰ ਦੇ ਜਿਹੜੇ ਸਾਡੇ ਵੱਖ ਵੱਖ ਪਿੰਡਾਂ ਦੇ ਸਾਥੀ, ਸਾਡੇ ਬਜ਼ੁਰਗ ਜਿਨ੍ਹਾਂ ਦੇ ਅਸੀਂ ਸਮਾਰਟ ਕਾਰਡ ਬਣਵਾ ਕੇ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਇੱਕ ਸਰਵੇ ਹੋਇਆ ਔਰ ਜਿਹਦੇ ਤਹਿਤ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਸਤਾ ਅਨਾਜ ਦੇਣ ਦਾ ਕੰਮ ਸਾਡੇ ਮਾਨਯੋਗ ਫਾਰਮਰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਨੇ ਪੂਰੇ ਦੇਸ਼ ਵਿੱਚ ਸ਼ੁਰੂ ਕਰਾਇਆ ਸੀ, ਉਸ ਦਾ ਲਾਭ ਪੰਜਾਬ ਦੇ ਵਿੱਚ ਜਿਹੜੇ ਸਾਡੇ ਗਰੀਬ ਪਰਿਵਾਰ ਨੇ, ਸਾਡੇ ਉਹ ਸਾਥੀ ਜਿਨ੍ਹਾਂ ਨੂੰ ਸਰਕਾਰ ਦੀ ਇਸ ਸਹੂਲਤ ਦੀ ਬਹੁਤ ਲੋੜ ਸੀ ਔਰ ਪਿਛਲੇ 10 ਸਾਲਾਂ ਵਿੱਚ ਉਹਨਾਂ ਪਰਿਵਾਰਾਂ ਨਾਲ ਵਿਤਕਰਾ ਕੀਤਾ ਗਿਆ, ਉਹਨਾਂ ਦੇ ਕਾਰਡ ਨਹੀਂ ਬਣਾਏ ਗਏ। ਅਸੀਂ ਕੈਪਟਨ ਸਾਹਿਬ ਦੀ ਸਰਕਾਰ, ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ 'ਚ ਹੈ, ਉਸ ਸਰਕਾਰ ਵੱਲੋਂ ਪੂਰੇ ਮਹਿਕਮੇ ਨੂੰ ਇਹ ਸਖ਼ਤ ਹਦਾਇਤਾਂ ਦਵਾਈਆਂ ਕਿ ਪੰਜਾਬ ਦਾ ਹਰ ਗਰੀਬ, ਪੰਜਾਬ ਦੇ ਹਰ ਪਿੰਡ ਦਾ ਹਰ ਉਹ ਸਾਥੀ ਜਿਹਨੂੰ ਇਸ ਸਕੀਮ ਦਾ ਲਾਭ ਮਿਲਣਾ ਚਾਹੀਦਾ, ਉਹ ਚਾਹੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ, ਉਸ ਨੂੰ ਇਹਦਾ ਲਾਭ ਦਿਵਾਉਣਾ ਹੈ, ਉਹਦਾ ਕਾਰਡ ਬਣਾਉਣਾ ਹੈ ਤਾਂ ਕਿ ਉਹਨਾਂ ਨੂੰ ਇਹ ਸਸਤਾ ਅਨਾਜ ਮਿਲ ਸਕੇ। ਸਾਨੂੰ ਖੁਸ਼ੀ ਹੈ ਕਿ ਸਾਡੀ ਪੰਜਾਬ ਦੀ ਕਾਂਗਰਸ ਦੀ ਹਰ ਪਿੰਡ ਦੀ ਲੀਡਰਸ਼ਿਪ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਉਹ ਸਾਥੀ ਜਿਨ੍ਹਾਂ ਨੂੰ ਇਹਦਾ ਲਾਭ ਮਿਲਣਾ ਚਾਹੀਦਾ ਉਹਨਾਂ ਦੇ ਕਾਰਡ ਦੇ ਫੋਰਮ ਭਰ ਕੇ ਜਮ੍ਹਾਂ ਕਰਾਏ। ਕਾਫੀ ਗਿਣਤੀ ਦੇ ਕਾਰਡ ਸਾਨੂੰ ਮਹਿਕਮੇ ਵੱਲੋਂ ਪਹੁੰਚਾ ਦਿੱਤੇ ਗਏ ਨੇ। ਅੱਜ ਅਸੀਂ ਫਲੋਰ ਵਿਧਾਨ ਸਭਾ ਵਿੱਚ ਇਹ ਸ਼ੁਰੂਆਤ ਕੀਤੀ ਹੈ ਔਰ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਅਸੀਂ ਜਿੰਨੇ ਵੀ ਕਾਰਡ ਛਪ ਕੇ ਆ ਰਹੇ ਨੇ ਨਾਲ ਦੀ ਨਾਲ ਉਹਨਾਂ ਨੂੰ, ਉਹਨਾਂ ਦੇ ਜਿਹੜੇ ਕਾਰਡ ਹੋਲਡਰਸ ਨੇ ਉਹਨਾਂ ਨੂੰ ਦੇਣ ਦਾ ਕੰਮ ਕਰਾਂਗੇ ਤਾਂ ਕਿ ਜਦੋਂ ਅਗਲੀ ਜਦੋਂ ਇਹਨਾਂ ਨੂੰ ਦਾਣੇ ਮਿਲਣੇ ਨੇ ਉਦੋਂ ਇਹ ਆਪਣੇ ਸਮਾਰਟ ਕਾਰਡ ਦੇ ਨਾਲ ਇਹ ਦਾਣੇ ਲੈ ਸਕਣ। ਇਹ ਸਮਾਰਟ ਕਾਰਡ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹੋਰ ਨਵੀਂ ਐਡੀਸ਼ਨ ਕੀਤੀ ਗਈ ਹੈ ਕਿ ਇਸ ਕਾਰਡ ਰਾਹੀਂ ਇਹ ਸਾਡੇ ਕਾਰਡ ਹੋਲਡਰ ਕਿਸੇ ਵੀ ਡੀਪੂ ਤੋਂ ਜਾ ਕੇ ਆਪਣਾ ਬਣਦਾ ਰਾਸ਼ਨ ਲੈ ਸਕਦੇ ਨੇ। ਇਹ ਟ੍ਰਾਂਸਪੇਰੈਂਸੀ ਕਰਨ ਵਾਸਤੇ ਬਾਇਓਮੈਟ੍ਰਿਕਸ ਔਰ ਜਿਹੜਾ ਚਿਪ ਸਿਸਟਮ ਹੈ ਇਹਦੇ ਵਿੱਚ ਕੀਤਾ ਗਿਆ ਹੈ ਕਿ ਇਹਦਾ ਦੁਰਉਪਯੋਗ ਨਾ ਹੋਵੇ, ਇਹ ਜਿਹੜਾ ਸਕੀਮ ਹੈ ਇਹ ਸਕਸੈਸਫੁਲ ਹੋਵੇ। ਰਾਸ਼ਨ ਜੋ ਪਹਿਲਾਂ ਦਿੱਤਾ ਜਾ ਰਿਹਾ ਜੀ ਆਟਾ ਦਾਲ। ਅਸੀਂ ਪਿੰਡ ਲੇਹਲ ਤੋਂ, ਅੱਜ ਸਾਡੇ ਪਿੰਡ ਦੇ ਵਿੱਚ ਵਿਕਰਮ ਚੌਧਰੀ ਜੋ ਕਿ ਸਮਾਰਟ ਕਾਰਡ ਵੰਡਣ ਆਏ ਆ, 152 ਕਾਰਡ ਸਾਨੂੰ ਦੇ ਕੇ ਗਏ ਆ ਜਿਨ੍ਹਾਂ ਨੇ ਆਪਣੇ ਹੱਥੀਂ ਤਕਸੀਮ ਕਰ ਦਿੱਤੇ ਆ, ਜਿਨ੍ਹਾਂ ਦੇ ਉੱਪਰ ਆਟਾ ਦਾਲ ਜੋ ਵੀ ਸਕੀਮ ਪੰਜਾਬ ਗੌਰਮੈਂਟ ਦੀ ਆ ਉਹ ਮਿਲਣ ਜਾ ਰਹੀ ਆ। ਅਤੇ ਬਾਕੀ ਸਾਡੇ ਪਰ 201 ਫਾਰਮ ਆ, ਉਹ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਬਣਾ ਕੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।